ਹਾਏ ਫਰੈਂਡ, ਸਤਿ ਸ਼੍ਰੀ ਅਕਾਲ। ਆ ਜਾਓ ਫਰੈਂਡਸ, ਤੁਹਾਨੂੰ ਮੈਂ ਦਿਖਾਵਾਂ, ਮੈਂ ਨਵੇਂ ਪਲਾਂਟਸ ਦੀ ਸ਼ੋਪਿੰਗ ਕਰਕੇ ਆਉਂਦੀ ਹੈ ਕੁਝ ਸਰਦੀਆਂ ਵਾਲਿਆਂ ਦੀ। ਇਹ ਦੇਖੋ, ਸਭ ਤੋਂ ਪਹਿਲਾਂ ਮੈਂ ਡਾਇਨਥਸ ਲੈ ਕੇ ਆਉਂਦਾ, ਔਰ ਇਹ ਡਾਇਨਥਸ ਹੈਗਾ ਆਹ ਵਾਲਾ ਪਿੰਕ ਔਰ ਵਾਈਟ ਕਲਰ ਦਾ, ਅਤੇ ਇਹ ਬਹੁਤ ਪਿਆਰਾ ਲੱਗਿਆ ਮੈਨੂੰ ਤਾਂ ਮੈਂ ਲੈ ਲਿਆ। ਅਤੇ ਇਹ ਹੈਗਾ ਮਜੈਂਟਾ ਕਲਰ ਦਾ ਡਾਇਨਥਸ, ਔਰ ਇੱਕ ਹੈਗਾ ਵਾਈਟ ਕਲਰ ਦਾ ਡਾਇਨਥਸ। ਅਤੇ ਹੋਰ ਮੈਂ ਲੈ ਕੇ ਆਉਂਦੀ ਆ ਇੱਕ ਗੁਲਦੌਦੀ ਲਿਆਉਂਦੀ ਆ, ਕ੍ਰਾਈਸੈਂਥਮਮ ਆਹ ਵਾਲੀ, ਇਸ ਨੂੰ ਬਹੁਤ ਸਾਰੇ ਬਰਡਸ ਆਏ ਹੋਏ ਆ ਅਤੇ ਮੈਨੂੰ ਬਹੁਤ ਅੱਛੀ ਲੱਗੀ, ਇਸ ਲਈ ਮੈਂ ਇਹ ਵੀ ਲੈ ਲਈ। ਅਤੇ ਇਹ ਮੈਨੂੰ 20-20 ਰੁਪੀਸ ਦੇ ਵਿੱਚ ਪਏ ਆ, ਆਹ ਡਾਇਨਥਸ ਦੇ ਪਲਾਂਟ ਸਾਰੇ 20-20 ਰੁਪੀਸ ਦੇ ਵਿੱਚ ਮੈਨੂੰ ਪਏ ਆ। ਅਤੇ ਆਹ ਮੈਂ ਲਏ ਆ ਚਾਰ, ਮੈਂ ਡੇਲੀਆ ਦੇ ਪਲਾਂਟਸ ਲੈ ਕੇ ਆਉਂਦੇ ਨੇ। ਅਤੇ ਇੱਕ ਹੈਗਾ ਆਹ ਦੇਖੋ ਵਾਈਟ ਔਰ ਪਿੰਕ ਕਲਰ ਦਾ, ਔਰ ਇੱਕ ਹੈਗਾ ਪਰਪਲ ਕਲਰ ਦਾ, ਅਤੇ ਇਹ ਹਜੇ ਖਿੜਿਆ ਨਹੀਂ ਹੈਗਾ। ਅਤੇ ਇੱਕ ਮੈਂ ਲੈ ਕੇ ਆਉਂਦਾ ਇਹ ਬਾਵਾ ਕਲਰ ਦਾ, ਪੀਚ ਕਲਰ ਦਾ, ਅਤੇ ਇੱਕ ਆ ਹੋਰ ਮੈਰੂਨ ਔਰ ਵਾਈਟ ਕਲਰ ਦੇ ਵਿੱਚ ਹੈ। ਅਤੇ ਇਹ ਚਾਰ ਮੈਂ ਡੇਲੀਆ ਦੇ ਪਲਾਂਟਸ ਲੈ ਕੇ ਆਉਂਦੇ ਨੇ। ਅਤੇ ਹੋਰ ਮੈਂ ਫਰੈਂਡਸ, ਇਹ ਜਿਹੜੇ ਡੇਲੀਆ ਦੇ ਪਲਾਂਟਸ ਹੈ ਇਹ ਹੈਗੇ 30-30 ਰੁਪੀਸ ਦੇ, ਅਤੇ ਗੁਲਦੌਦੀ ਦਾ ਵੀ 20 ਰੁਪੀਸ 25 ਦਾ, ਔਰ ਇਹ ਮੈਨੂੰ 20-20 ਰੁਪੀਸ ਦੇ ਵਿੱਚ ਮਿਲੇ ਡਾਇਨਥਸ ਦੇ। ਔਰ ਇਹਨਾਂ ਦੀ ਪਲਾਂਟਸ ਦੀ ਗਰੋਥ ਦੇਖੋ ਕਿੰਨੀ ਅੱਛੀ ਹੈ, ਬਹੁਤ ਡੇਲੀਆ ਦੇ ਪਲਾਂਟਸ ਬਹੁਤ ਜ਼ਿਆਦਾ ਲੰਬੇ ਹੋਏ ਹੋਏ ਹੈ। ਅਤੇ ਪਹਿਲਾਂ ਮੈਂ ਸੋਚਿਆ ਸੀ ਇਹਨਾਂ ਨੂੰ ਕਟਿੰਗ ਕਰਕੇ ਛੋਟੇ ਕਰ ਦੂੰਗੀ, ਬਟ ਇਹਦੇ ਉੱਤੇ ਬਹੁਤ ਸਾਰੇ ਫਲਾਵਰਸ ਨਿਕਲ ਰਹੇ ਨੇ, ਬਹੁਤ ਸਾਰੇ ਬਡਸ ਨਿਕਲੀਆਂ ਹੋਈਆਂ ਫਲਾਵਰਸ ਦੀਆਂ, ਇਸ ਕਰਕੇ ਮੈਂ ਇਹਨਾਂ ਨੂੰ ਕਟਿੰਗ ਨਹੀਂ ਕੀਤੇ, ਹੁਣ ਇਹਨਾਂ ਨੂੰ ਇੱਦਾਂ ਹੀ ਸਪੋਰਟ ਲਗਾ ਕੇ ਖੜ੍ਹੇ ਕਰੂੰਗੀ। ਅਤੇ ਹੋਰ ਫਰੈਂਡਸ ਮੈਂ ਲੈ ਕੇ ਆਉਂਦੇ ਹਾਂ ਪੋਟਸ ਲੈ ਕੇ ਆਉਂਦੇ ਹਾਂ ਕੁਛ, ਅਤੇ ਪੋਟਸ ਮੇਰੇ ਹੈਗੇ 30-30 ਰੁਪੀਸ ਦੇ, ਔਰ ਸਾਰੇ ਪਲਾਂਟਸ ਦੀ ਗਰੋਥ ਵੀ ਬਹੁਤ ਅੱਛੀ ਹੈ, ਮੈਨੂੰ ਬਹੁਤ ਅੱਛੇ ਲੱਗੇ ਨਰਸਰੀ 'ਚ, ਇਸ ਲਈ ਮੈਂ ਲੈ ਆਉਂਦੇ। ਅਤੇ ਤੁਹਾਨੂੰ ਕਿੱਦਾਂ ਦੇ ਲੱਗੇ ਤੁਸੀਂ ਮੈਨੂੰ ਦੱਸਿਓ, ਅੱਛੇ ਲੱਗੇ ਤਾਂ ਜ਼ਰੂਰ ਲਾਈਕ ਕਰਿਓ, ਅਤੇ ਮੇਰੀ ਵੀਡੀਓ ਅਗਰ ਪਸੰਦ ਆਉਂਦੀ ਹੈ ਤਾਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਫਰੈਂਡ, ਸਤਿ ਸ਼੍ਰੀ ਅਕਾਲ, ਬਾਏ ਬਾਏ।